बिस्मिल्लाहिर्रहमानिर्रहीम, अस्सलाम वालेकुम गाइस, क्या हाल चाल की यार। मौसम बहुत अच्छा है, देखिए ज़रा, ठीक है, मौसम बहुत ही अच्छा मौसम हो गया है। तो हमारे जनाब सरदार साहब जो हैं वो आ गए हैं इंडिया से वापस छुट्टी गुजार के, तो हम जाने लगे हैं उनके पास। तो मैंने सोचा कि यार क्यों ना हम वीडियो भी बना लें। अस्सलाम वालेकुम, तो वीडियो बना के आप लोगों के साथ भी शेयर की जाए, ताकि जनाब थोड़ी सी जो इंटरटेन है व्लॉगिंग वगैरह की वो भी चलती रहे और आप लोग भी लुत्फ़अंदोज़ होते रहे। तो अभी हम जाने लगे हैं जनाब इनकी बिल्डिंग में, ठीक है। साथ में मौजूद है मेरे वहीद भाई, तो फिर आपको जाके दिखाते हैं कि हमारा प्रोग्राम क्या है, ठीक है। मिलते हैं फिर इंशाल्लाह लिफ्ट में। आगे ही लिफ्ट नंबर 2 पे हमने जाना होगा, ठीक है। जाके अब अस्सलाम वालेकुम भाई जान। वालेकुम अस्सलाम रहमतुल्लाह बरकात, क्या हाल है जी? ठीक है। पहले आप लोगों ने पहचाना कि नहीं पहचाना? पहले आप लोगों ने देखा होगा वही भाई को पसंद की वीडियो पे, एक साल पहले ही जी, बिल्कुल पसंद। अब हमने डाली थी वीडियो और उस टाइम जो है पसंद की वीडियो डाली थी। अभी हम पहुंच चुके हैं सरदार जी के रूम पे, सरप्राइज विजिट। ओ माशाल्लाह। अस्सलाम वालेकुम, क्या हाल है? हेलो जी, अस्सलाम वालेकुम यार, नाल ही रखे हाँ जी, की हाल चाल? ठीक ठाक हो? जबरदस्त, ਤੁਸੀਂ ਤੇ ਪਤਾ ਨਹੀਂ ਲੱਗਾ ਦਿੱਤਾ, ਬਸ ਆਉਂ ਜੀ। 15 ਦਿਨ ਕਿਵੇਂ ਗੁਜ਼ਰੇ ਨੇ? 15 20 ਦਿਨ ਦੀ ਛੁੱਟੀ ਸੀ ਬਸ, 15 ਦਿਨ ਬਸ, ਹਾਰਡ ਨਹੀਂ ਕੁਆਟਰ ਤੇ 15 ਦਿਨ ਦਾ ਤੇ ਫਾਈਨਲ ਪਤਾ ਨਹੀਂ ਲੱਗਾ ਜਿੰਦਰ ਨੂੰ ਗਏ ਕਿੱਥੇ ਨੂੰ ਦੀ ਯਾਰ, ਸਦੋਂ ਕੀ ਬੋਲਾਂ ਮੈਂ। ਐਨੀਵੇ ਗੁੱਡ ਬਾਈ, ਨਾਈਸ ਟੂ ਸੀ ਯੂ ਅਗੇਨ ਰਿਜਵਾਨ ਭਾਈ, ਰੀਅਲੀ ਵੰਡਰਫੁਲ। ਅਸੀਂ ਦੁਬਾਰਾ ਫੇਰ ਆ ਗਏ ਵਾਪਸ ਛੁੱਟੀ ਜਾਣ ਤੋਂ ਪਹਿਲਾਂ, ਤੇ ਮੈਂ ਕਿਹਾ ਅੱਜ ਵੀ ਫਿਰ ਵੀਡੀਓ ਬਣਾਈਏ, ਮਜ਼ੇ ਹੀ ਆਣਗੇ ਜਰਾ। ਬੈਠੋ ਅੰਦਰ, ਬੈਠੋ ਬੈਠੋ ਬੈਠੋ। ਪਹੁੰਚ ਗਏ ਹਾਂ ਜਨਾਬ ਸਰ ਜੀ ਦੇ ਡੇਰੇ 'ਤੇ, ਸਰਦਾਰ ਜੀ ਦੇ ਡੇਰੇ 'ਤੇ। ਅਤੇ ਹੁਣ ਜਨਾਬ ਇੱਥੇ ਇੱਕ ਤਾਂ ਗੱਪ ਸ਼ੱਪ ਵੀ ਹੋਏਗੀ, ਕਿਉਂਕਿ ਜ਼ਾਹਿਰ ਉਹ ਜ਼ਰਾ ਇੰਡੀਆ ਤੋਂ ਹੋ ਕੇ ਆਏ ਨੇ, ਅਤੇ ਜ਼ਰਾ ਗੱਪਾਂ ਸ਼ੱਪਾਂ ਵੀ ਲਾਵਾਂਗੇ ਅਤੇ ਨਾਲ ਖਾਬਾ ਸ਼ਾਬਾ ਵੀ ਹੋਏਗਾ। ਅਤੇ ਤੁਸੀਂ ਜਨਾਬ ਲਾਜ਼ਮੀ ਦੱਸਣਾ ਕਿ ਤੁਹਾਨੂੰ ਸਾਡਾ ਵਲੌਗ ਕਿੰਝ ਦਾ ਲੱਗਾ। ਅਤੇ ਦੂਸਰੇ ਨੰਬਰ 'ਤੇ ਜਿਨ੍ਹਾਂ ਦੋਸਤਾਂ ਨੇ ਹਾਲੇ ਤੀਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦੇਣਾ। ਪੰਜਾਬੀ ਉਰਦੂ ਮਿਕਸ ਹੀ ਬੋਲਾਂਗੇ ਅਸੀਂ, ਕਿਉਂਕਿ ਜ਼ਾਹਿਰ ਹੁਣ ਸਰਦਾਰ ਜੀ ਸਾਡੇ ਪੰਜਾਬੀ ਨੇ, ਉਰਦੂ ਵੀ ਬੋਲਦੇ, ਇੰਗਲਿਸ਼ ਵੀ ਬੋਲਦੇ, ਅਰਬੀ ਵੀ ਬੋਲਦੇ, ਸਾਰਾ ਕੁਝ ਬੋਲਦੇ, ਲੇਕਿਨ ਅਸੀਂ ਆਪਣੀ ਮਾਦਰੀ ਜ਼ਬਾਨ ਕਿਉਂ ਛੱਡੀਏ? ਸਾਡੀ ਪੰਜਾਬੀ ਹੈ ਤਾਂ ਅਸੀਂ ਪੰਜਾਬੀ ਨੂੰ ਅੱਗੇ ਲੈ ਜਾਂਦੇ ਨਾ। ਅਤੇ ਇਸ ਵਾਸਤੇ ਕਰਕੇ ਲੰਬੀ ਵੀ ਜ਼ਿਆਦਾ ਵੀਡੀਓ ਨਾ ਹੋ ਜਾਵੇ, ਬਾਕੀ ਥੋੜ੍ਹੀ ਜਿਹੀ ਝਲਕ ਬਾਕੀ ਵੀ ਤੁਹਾਨੂੰ ਦਿਖਾਉਂਦੇ ਹਾਂ ਬਾਅਦ 'ਚੋਂ, ਠੀਕ ਹੈ? ਸਾਡੇ ਨਾਲ ਤੁਸੀਂ ਰਹਿਣਾ। ਅੱਛਾ ਜੀ, ਤੁਹਾਨੂੰ ਜਨਾਬ ਚਾਹ ਵੀ ਐਸੀ ਕਿ ਸਰ ਜੀ ਨੇ ਨਾ ਧੁੰਮਾਂ ਭਾਲਦੀਆਂ, ਖੀਰ ਕਰਤੀ ਵਿੱਚ ਸੌਂਫ, ਵਿੱਚ ਜਾਂ ਦਾਲ ਚੀਨੀ, ਅਤੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਮਸਾਲੇ ਪਾ ਕੇ ਨਾ ਚਸ ਕਰਾ ਦਿੱਤੀ ਸਰ ਜੀ ਨੇ। ਬਹੁਤ ਹੀ ਮਾਸ਼ਾਅੱਲਾ ਪਿਆਰਾ, ਬਹੁਤ ਪਿਆਰਾ ਟੇਸਟ ਅਤੇ ਬਹੁਤ ਹੀ ਜ਼ਬਰਦਸਤ ਚਾਹ, ਅਤੇ ਨਾਲ ਜਨਾਬ ਦੇਸੀ ਮਿਠਾਈ, ਸੋਹਣਾ ਗਾਜਰ ਦਾ ਹਲਵਾ ਵਾ, ਲੇਕਿਨ ਮਾਸ਼ਾਅੱਲਾ ਬਹੁਤ ਹੀ ਅਖੀਰ ਆ, ਵੇਖ ਲਓ ਤੁਸੀਂ ਵੀ, ਗਾਜਰਾਂ ਦੇ ਹਲਵੇ ਅਤੇ ਨਾਲ ਉੱਤੇ ਪਿਸਤੇ ਬਦਾਮ ਲੱਗੇ ਹੋਏ ਨੇ, ਖਾ ਰਹੇ ਹਾਂ ਦੇਸੀ ਘਿਓ ਦੇ ਨੇ। ਠੰਡ ਦੀ ਵਜ੍ਹਾ ਨਾਲ ਫਿਰ ਮਾਲ ਵੀ ਉਂਝ ਹੀ ਹੋਣਾ ਚਾਹੀਦਾ, ਨਾਲ ਫਿਰ ਚਾਹ ਦਾ ਆਪਣਾ ਸਵਾਦ। ਇਹੋ ਜਿਹੀ ਬੈਠਕ ਨੂੰ ਅਸੀਂ ਸਾਡੀ ਤਰਸੀ ਦਾ, ਤੁਸੀਂ ਯਕੀਨ ਕਰੋ ਜਦੋਂ ਤੁਸੀਂ ਗਏ ਸੀਗੇ ਨਾ ਮੁੜ ਕੇ, ਮੈਂ ਹੁਣ ਆਏ ਨੇ ਹਫ਼ਤਾ ਕੁ, ਮੈਂ ਦੇਖੇ ਬਾਈ ਬਾਈ, ਤੁਸੀਂ ਦੇਖਿਆ ਫੈਜ਼ਲਵਾਲ ਦੇਖੇ, ਸ਼ਾਇਦ ਪਤੰਗਬਾਜ਼ੀ ਦੇ ਵੀ ਦੇਖੇ, ਉੱਥੇ ਪਤੰਗਬਾਜ਼ੀ ਤੇ ਦੇਖਿਆ ਸੀ ਜਦੋਂ। ਅੱਛਾ ਅੱਛਾ, ਮੈਂ ਹੁਣ ਇੱਥੇ ਹੀ ਇਹਨਾਂ ਦੀ ਜੌਬ ਹੈ ਨਾ, ਹਾਂ, ਜਿੱਥੇ ਮੇਰੇ ਕੋਲ ਸ਼ਿਫਟ ਹੋ ਗਏ, ਮੈਂ ਕਿਹਾ ਵੈਰੀ ਗੁੱਡ, ਆ ਜਾਓ। ਜਿੱਦਾਂ ਲੱਗਾ ਟੇਸਟ ਭਾਈ ਫੈਜ਼ਲ ਸਾਹਿਬ ਨਾਲ ਗਏ, ਜ਼ਬਰਦਸਤ ਹੈ ਜੀ, ਚਾਹਣਾ ਬਹੁਤ ਮਜ਼ਾ। ਪਤੰਗ ਲਾ ਸੀ ਆਪਾਂ ਜੀ, ਬਿਲਕੁਲ ਠੀਕ ਹੈ ਦੋਸਤੋ, ਤੁਹਾਨੂੰ ਮਿਲਦੇ ਹਾਂ ਅਸੀਂ ਬਾਅਦ 'ਚ, ਸਾਡੇ ਨਾਲ ਰਹਿਣਾ, ਅਸੀਂ ਹੁਣ ਜ਼ਰਾ ਆਪਣੀ ਗੱਲ ਠੀਕ ਹੈ ਬਾਈ, ਗੱਲ ਹੋ ਰਿਹਾ ਹਾਂਜੀ, ਮੈਨੂੰ ਮਾੜਾ ਜਿਹਾ ਐਡ ਕਰਨਾ ਹੀ ਪੈਣਾ, ਜ਼ਾਹਿਰ ਹੈ ਸਰ ਜੀ ਤੁਹਾਡੇ ਵਾਸਤੇ ਤਾਂ ਲੋਕ ਕਹਿੰਦੇ ਨੇ ਕਿ ਚਾਹ ਹੈ ਨਾ ਬੜੇ ਸੋਫਿਸਟੀਕੇਟਡ ਤਰੀਕੇ ਨਾਲ ਪੀਣੀ ਚਾਹੀਦੀ, ਵਿੱਚੋਂ ਆਵਾਜ਼ ਨਹੀਂ ਆਉਣੀ ਚਾਹੀਦੀ, ਪਰ ਭਾਈ ਜਦ ਤੱਕ ਸੁੜਪੇ ਦੀ ਆਵਾਜ਼ ਨਾ ਆਵੇ ਤਦ ਚਾਹ ਨਹੀਂ ਪੀਂਦੇ ਆ, ਐਂ ਕਰਕੇ ਐ ਐ
ਦੁਨੀਆ ਸਾਲੀ ਜੋ ਮਰਜ਼ੀ ਸਮਝੇ ਸਾਨੂੰ ਕੋਈ ਪਰਵਾਹ ਨਹੀਂ। ਸਹੀ ਸਹੀ ਗੱਲ ਹੈ, ਪਤਾ ਵੀ ਤਦ ਨਹੀਂ ਲੱਗਦਾ ਕਿ ਚਾਹ ਪੀਤੀ ਜਾ ਰਹੀ ਹੈ। ਚਾਹ ਪੀਤੀ ਚਾਹ ਫਿਰ ਚਾਹ ਨਾਲ ਚਾਹ ਪੀਣੀ ਹੁੰਦੀ ਠੀਕ ਹੈ ਨਾ, ਚਾਹ ਚਸ ਵੀ ਆਉਂਦੀ ਇਹਦੇ ਨਾਲ। ਸਾਡੇ ਕੋ ਮਾਮ ਡੈਡ ਵਾਲੇ ਕੰਮ ਨੀ ਹੁੰਦੇ, ਅਸੀਂ ਤਾਂ ਸਿੱਧਾ ਜੋ ਹੋਇਆ ਉਹ ਕਹਿ ਕੁ ਦੇਈਦਾ, ਕਰ ਕੁਰ ਦੇਈਦਾ, ਜੋ ਮਰਜ਼ੀ ਹੁੰਦਾ। ਸਾਨੂੰ ਵੀਡੀਓ ਕਿੰਝ ਦੀ ਲੱਗੀ ਸਾਨੂੰ ਦੱਸ ਦਈਓ ਕਮੈਂਟਾਂ ਦੇ ਵਿੱਚ, ਫਿਰ ਅਸੀਂ ਇਨਸ਼ਾਅੱਲਾ ਇਸ ਤਰ੍ਹਾਂ ਦੀ ਬੈਠਕ ਕਰ ਕਰਾ ਕੇ ਅਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਵੀਡੀਓ ਲੰਬੀ ਵੀ ਨਾ ਹੋਵੇ, ਉਹੀ ਖਿਆਲ ਤੁਹਾਡਾ ਰੱਖਣਾ ਪੈਂਦਾ। ਕਿਉਂ ਚੈਨਲ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ। ਰਿਜਵਾਨ ਭਾਈ ਆਪਣੇ ਬਹੁਤ ਵਧੀਆ ਵਧੀਆ ਚੀਜ਼ਾਂ ਅਤੇ ਨੌਲੇਜੇਬਲ ਚੀਜ਼ਾਂ ਲੈ ਕੇ ਆਉਂਦੇ ਨੇ। ਪਲੀਜ਼ ਡੂ ਇਟ। ਬਾਕੀ ਦੀਆਂ ਵੀਡੀਓ ਫਿਰ ਤੁਸੀਂ ਨਾਲ ਨਾਲ ਵੇਖਦੇ ਰਹੋ, ਉੱਪਰ ਬੈਲ ਆਈਕਨ ਆ ਗਿਆ, ਉਹਨੂੰ ਦਬਾ ਦਿਓ, ਉਹਨੂੰ ਦਬਾ ਦਿਓ। ਅੱਲਾ ਸੋਹਣੇ ਦੇ ਵੱਲੇ ਰੱਬ ਰੱਖਾ, ਪਾਕਿਸਤਾਨ ਇੰਡੀਆ ਬੰਗਲਾਦੇਸ਼ ਜਿੱਥੇ ਕਿਤੇ ਦੁਨੀਆ ਦੇਖ ਰਹੀ, ਸਾਡੇ ਜਿਹੜੇ ਮਰਜ਼ੀ ਪੰਜਾਬ ਲਹਿੰਦੇ ਪੰਜਾਬ ਦੇ ਭਾਵੇਂ ਚੜ੍ਹਦੇ ਪੰਜਾਬ ਦੇ, ਸਾਰਿਆਂ ਨੂੰ ਸਾਡੇ ਤਰਫੋਂ ਸਲਾਮ ਅਤੇ ਜਨਾਬ ਅੱਲਾ ਦੇ ਸਪੋਰਟ।